बाबे राम रहीम दे चेले नू, राधे मां दे चेले नू, नवजोत इंसा नू, तुसीं वेखी होणी उह फोटो किवें उहदे अगे आ तां जिहदा जित उहदी होई आ, इस लई इह जिहड़ा सारा ड्रामा बाहर आ गया, इह जिहनूं वधाई आ। ਤੁਹਾਡੀ ਪਾਰਟੀ 'ਚ ਇਹ ਜਿਹਾ ਹੋ ਸਕਦਾ ਜਿਹੜਾ ਰਾਹੁਲ ਗਾਂਧੀ ਨੂੰ ਪੱਪੂ ਕਵੇ, ਸੋਨੀਆ ਨੂੰ ਮੁੰਨੀ ਕਵੇ, ਕਾਂਗਰਸ ਨੂੰ ਚੀਲਾ ਨਾਲੋਂ ਵੱਧ ਬਦਨਾਮ ਕਰੇ ਕਵੇ, ਅੱਜ ਉਹ ਤੁਹਾਡਾ ਨਵਜੋਤ ਇੰਸਾ ਪ੍ਰਧਾਨ ਬਣ ਗਿਆ। ਅੱਗੇ ਕਹਿੰਦਾ ਮਨਮੋਹਨ ਸਿੰਘ ਦੇ ਪਿੱਛੇ ਚੋਰਾਂ ਦੀ ਬਰਾਤ ਆ, ਤੇ ਸਾਥ ਤਾਂ ਨਹੀਂ ਵੱਧ ਗਏ ਕੋਈ ਐਡੀ, ਬਾਬੇ ਰਾਮ ਰਹੀਮ ਦੇ ਰਾਧੇ ਮਾਂ ਦੇ ਨਵਜੋਤ ਇੰਸਾ ਨੇ ਕੋਈ ਇਹੋ ਜਿਹਾ ਮੰਤਰ ਤਾਂ ਨਹੀਂ ਪੜ੍ਹਤਾ ਕਿ ਇਹ ਸਾਰੇ ਪਵਿੱਤਰ ਹੋ ਗਏ ਆ, ਉਹੀ ਚੋਰ ਨੇ। ਅੱਜ ਤਾਂ ਇਹਨੂੰ ਭਾਪਾ ਕਹਿੰਦਾ ਸੀ ਕਪਤਾਨ ਸਾਹਿਬ ਨੂੰ, ਤੁਸੀਂ ਸ਼ਾਇਦ ਉਹ ਵੀਡੀਓ ਵੇਖੀ ਨਹੀਂ, ਇੱਕ ਵੀਡੀਓ ਪੁਰਾਣੀ ਜੀ ਅੰਗਰੇਜ਼ੀ 'ਚ ਕਹਿੰਦਾ ਫਾਦਰ ਇਜ਼ ਅ ਫਾਦਰ, ਸਨ ਇਜ਼ ਅ ਸਨ। ਹੁਣ ਉਹ ਭਾਪੇ ਨੂੰ ਭੁੱਲੀ ਫਿਰਦਾ ਕਿ ਹੁਣ ਸਿੱਧੀਆਂ ਗੱਲਾਂ ਨਾਲ ਤਾਂ ਕੁਛ ਇਹਦਾ ਲੋਕਾਂ ਨੇ ਵੋਟਾਂ ਨਹੀਂ ਪਾਉਣੀਆਂ, ਇਹੋ ਜਿਹੀਆਂ ਠੁੱਕ ਤਾਲੀ ਕਰਾਂਗੇ ਤੇ ਸ਼ਾਇਦ ਕੁਛ ਬਣ ਜੂ, ਨਹੀਂ ਤਾਂ ਲੋਕਾਂ ਨੇ ਤਾਂ ਮੂੰਹ ਲਾਉਣਾ। ਇਹ ਸਮਝਦੇ ਆ ਕਿ ਪੰਜਾਬ ਦੇ ਲੋਕ ਮੂਰਖ ਆ, ਇਹਨਾਂ ਨੂੰ ਸਮਝ ਕੁਛ ਨਹੀਂ ਆ। ਸਾਢੇ ਚਾਰ ਸਾਲ ਇਹ ਸਾਰੀ ਜਿਹਦੀ ਸਰਕਾਰ ਦੀ ਅੱਜ ਤਾਜਪੋਸ਼ੀ ਜਿਹੜੀ ਇਹ ਕਹਿ ਰਹੇ ਆ, ਸਾਢੇ ਚਾਰ ਸਾਲ ਇਹਨਾਂ ਨੇ ਸਰਕਾਰ ਚਲਾਈ ਆ ਔਰ ਇਹ ਸਾਰੇ ਉਹਦੇ 'ਚ ਹਿੱਸੇਦਾਰ ਨੇ, ਭਾਗੀਦਾਰ ਨੇ। ਚਾਹੇ ਜਿਹੜੇ ਅੱਜ ਕੁਛ ਮੰਤਰੀ ਇੱਧਰੋਂ ਉੱਧਰੋਂ ਹੋ ਗਏ, ਮੰਤਰੀ ਤਾਂ ਇਹੀ ਸੀ, ਕਲੈਕਟਿਵ ਕੈਬਨਿਟ ਦੇ ਡਿਸੀਜਨ ਹੁੰਦੇ ਸੀ, ਜੋ ਵੀ ਸਰਕਾਰ ਫੈਸਲਾ ਕਰਦੀ ਹੈ ਉਹਦੇ 'ਤੇ ਮੋਰ ਕਲੈਕਟਿਵ ਕੈਬਨਿਟ ਦੀ ਲੱਗਦੀ ਹੈ, ਮੁੱਖ ਮੰਤਰੀ ਦੇ ਇਕੱਲੇ ਫੈਸਲੇ ਨਹੀਂ ਹੁੰਦੇ। ਔਰ ਮੁੱਖ ਮੰਤਰੀ ਦੇ ਨਾਲ ਅੱਜ MLA ਜਦ ਸਾਢੇ ਚਾਰ ਸਾਲ ਖਲੋਤੇ ਰਹੇ ਤਾਂ ਸਹਿਮਤ ਹੈ, ਅੱਜ ਵੀ ਮੁੱਖ ਮੰਤਰੀ ਉਹੀ ਹੈ, ਮਤਲਬ ਕਿ ਉਹਦੇ ਨਾਲ ਅੱਜ ਵੀ ਸਹਿਮਤ ਨੇ। ਇਹ ਤਾਂ ਇਕੱਲਾ ਲੋਕਾਂ ਨੂੰ ਮੂਰਖ ਬਣਾਉਣ ਦਾ ਸਿਸਟਮ ਫੜਿਆ ਇਹਨਾਂ ਨੇ, ਕਿਉਂਕਿ ਸਾਢੇ ਚਾਰ ਸਾਲ ਕੋਈ ਕੰਮ ਕੀਤੇ ਨਹੀਂ। ਔਰ ਜਿਹੜਾ ਇਹਨਾਂ ਦਾ ਉਹ ਸੁਝਾਅ ਦੇਣ ਵਾਲਾ PK, ਉਹਨੇ ਲਾ ਲਿਆ ਹਿਸਾਬ ਕਿ ਹੁਣ ਪਿਛਲੀ ਵਾਰੀ ਵਾਲਾ ਕੰਮ ਤਾਂ ਹੋਣਾ ਨਹੀਂ, ਹੁਣ ਨਵੇਂ ਸਿਰਿਓਂ ਕੋਈ ਮੂਰਖ ਬਣਾਉਣ ਦਾ ਕੰਮ ਫੜੋ। ਜਿਹੜੀ ਸਾਡੀ ਸਰਕਾਰ ਦੀ ਜਿਹੜੀ ਕਮੀ ਪੇਸ਼ੀਆਂ ਨੇ ਉਹ ਕਿਸੇ ਦੇ ਜੁੰਮੇ ਪਾ ਕੇ ਆਪ ਨਿਕਲ ਜਾਈਏ, ਮਗਰ ਮਲਾਈ ਖਾਣ ਵਾਲੇ ਤਾਂ ਸਾਰੇ ਨਾਲ ਰਲੇ ਆ। ਉਹ ਮਾਈਨਿੰਗ ਮਾਫੀਆ, ਉਹ ਸ਼ਰਾਬ ਮਾਫੀਆ, ਆ ਤੁਹਾਡੇ ਬਟਾਲੇ ਵੀ ਡੈਥਾਂ ਹੋਈਆਂ ਸੀ, ਉਹ ਸਾਰੇ ਤਾਂ ਚੜ੍ਹੇ ਹੋਏ ਆ ਅੱਜ ਨਵੇਂ ਪ੍ਰਧਾਨ ਨਾਲ। ਚਲੋ ਨਵੇਂ ਪ੍ਰਧਾਨ ਨੂੰ ਵਧਾਈ ਆ, ਬਾਬੇ ਰਾਮ ਰਹੀਮ ਦੇ ਚੇਲੇ ਨੂੰ, ਰਾਧੇ ਮਾਂ ਦੇ ਚੇਲੇ ਨੂੰ, ਨਵਜੋਤ ਇੰਸਾ ਨੂੰ, ਤੁਸੀਂ ਵੇਖੀ ਹੋਣੀ ਉਹ ਫੋਟੋ ਕਿਵੇਂ ਉਹਦੇ ਅੱਗੇ ਆ, ਅੱਜ ਤਾਂ ਜਿੱਤ ਉਹਦੀ ਹੋਈ ਆ, ਇਸ ਲਈ ਇਹ ਜਿਹੜਾ ਸਾਰਾ ਡਰਾਮਾ ਬਾਹਰ ਆ ਗਿਆ, ਇਹ ਜਿਹਨੂੰ ਵਧਾਈ ਆ। ਅਤੇ ਇਹ ਸਾਰੇ ਚਿਹਰੇ ਨੰਗੇ ਹੁੰਦੇ ਰਹੇ, ਬਾਬੇ ਅੱਗੇ ਕਿਵੇਂ ਹੱਥ ਜੋੜ ਕੇ ਖੜਾ ਸੀ, ਅੱਜ ਤਾਂ ਬਾਬੇ ਦੀ ਕਿਰਪਾ ਹੀ ਉੱਤੇ ਜਾਪਦੀ ਆ। ਇਸ ਲਿਖੋ ਇਹ ਕੋਈ ਕਰੀ ਜਾਵੇ, ਪਹਿਲਾਂ ਕਾਂਗਰਸ ਮੁੰਨੀ ਨਾਲੋਂ ਵੱਧ ਬਦਨਾਮ ਸੀ, ਪਹਿਲਾਂ ਕਾਂਗਰਸ ਚੋਰਾਂ ਸਿੰਘ ਮੋਹਨ ਨਾ ਕਹਿੰਦੇ ਸਰਦਾਰ ਨਾ ਅਸਰਦਾਰ, ਅੱਗੇ ਕਹਿੰਦਾ ਮਨਮੋਹਨ ਸਿੰਘ ਦੇ ਪਿੱਛੇ ਚੋਰਾਂ ਦੀ ਬਰਾਤ ਆ, ਜੇ ਸਾਥ ਤਾਂ ਨਹੀਂ ਵੱਧ ਗਏ ਕੋਈ ਐਡੀ, ਬਾਬੇ ਰਾਮ ਰਹੀਮ ਦੇ ਰਾਧੇ ਮਾਂ ਦੇ ਨਵਜੋਤ ਇੰਸਾ ਨੇ ਕੋਈ ਇਹੋ ਜਿਹਾ ਮੰਤਰ ਤਾਂ ਨਹੀਂ ਪੜ੍ਹਤਾ ਕਿ ਇਹ ਸਾਰੇ ਪਵਿੱਤਰ ਹੋ ਗਏ ਆ, ਉਹੀ ਚੋਰ ਨੇ। ਮਗਰ ਇਸ ਤਰੀਕੇ ਬਿਜਲੀ ਦੀ ਮਾਰ, ਬਿਜਲੀ ਦੇ ਬਿਲਾਂ ਦੀ ਮਾਰ, ਬਿਜਲੀ ਦੇ ਕੱਟਾਂ ਦੀ ਮਾਰ, ਕਿਸਾਨ ਕਿੱਥੇ ਖੇਤਾਂ 'ਚ ਹੋਣਾ ਚਾਹੀਦਾ ਸੀ, ਉਹ ਸੜਕ 'ਤੇ ਤੁਰਿਆ ਫਿਰਦਾ ਰਿਹਾ ਸਾਰੇ ਸੀ, ਜਦੋਂ ਪਾਣੀ ਲਾਉਣ ਦਾ ਸਮਾਂ ਸੀ, ਇਹ ਸਾਰੀ ਇੰਡਸਟਰੀ ਨੂੰ 5 ਰੁਪਏ ਬੱਤੀ ਕਿੱਥੇ ਮਿਲ ਰਹੀ ਹੈ, ਇੱਕ ਇੱਕ ਵਾਅਦੇ ਨਾਲ ਧੋਖਾ ਹੋਇਆ। ਔਰ ਅੱਜ ਤੁਹਾਡੀ ਕੁਰਸੀ ਤੁਹਾਨੂੰ ਮਿਲ ਗਈ ਅਤੇ ਸਾਰੇ ਚੰਗੇ ਹੋ ਗਏ, 2.5 ਸਾਲ ਤੁਸੀਂ ਵਜ਼ਾਰਤ ਕੀਤੀ ਹੈ, ਵਾਅਦਾ ਤੁਹਾਡਾ ਸੀ ਕਿ ਪਹਿਲੀ ਕੈਬਨਿਟ 'ਚ ਕੱਚੇ ਮੁਲਾਜ਼ਮ ਨੂੰ ਪੱਕੇ ਕਰ ਦੇਣ, ਅੱਜ ਤੁਹਾਨੂੰ ਦਰਦ ਹੋ ਰਿਹਾ ਕਿ ਜੀ ਟੀਚਰਾਂ ਦਾ ਕੀ ਹੋਇਆ, ਅਤੇ 2.5 ਸਾਲ ਤਾਂ ਤੁਸੀਂ ਵੀ ਵਜ਼ੀਰ ਸੀ, ਕਿੱਥੇ ਪੱਕੇ ਕੀਤੇ। ਔਰ ਜਿਹੜੇ ਤੇਰੇ ਨਾਲ ਖਲੋਤੇ, ਜਿਹੜੇ ਤੇਰੇ ਪੱਗ ਦੇ ਲੜਾਂ ਨੇ, ਉਹ ਤਾਂ ਨਾਲ ਫੈਸਲਾ ਸਾਢੇ ਚਾਰ ਸਾਲ 5 ਸਾਲ ਉਹਨਾਂ ਨੇ ਕੱਢਤਾ, ਇੱਕ ਦਾ ਵੀ ਟੀਚਰ ਪੱਕਾ ਨਹੀਂ ਕੀਤਾ। ਉਹਨਾਂ ਨੂੰ ਜੇ ਡਾਂਗਾ ਪੈਂਦੀਆਂ ਸੀ ਜਦੋਂ ਮੰਤਰੀ ਦੇ ਘਰ ਦੇ ਬਾਹਰ ਜਾਂਦੇ ਸੀ ETT ਟੀਚਰ ਜਾਂ ਬੇਰੁਜ਼ਗਾਰ, ਉਹਨਾਂ ਨਾਲ ਕਦੋਂ। ਤੁਹਾਡੀ ਸਰਕਾਰ ਹੈ, ਜਾਂ ਉਹ ਚੰਗੀ ਆ ਜਾਂ ਤੁਸੀਂ ਕੰਡੈਮ ਕਰੋ, ਜਾਂ ਕਹੋ ਚੰਗਾ ਕਹੋ, ਮਗਰ ਲੋਕਾਂ ਨੂੰ ਮੂਰਖ ਨਹੀਂ ਬਣਾ ਸਕਦੇ ਇਸ ਤਰ੍ਹਾਂ, ਜਿਹੜੇ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। 4 ਤੁਹਾਡੇ ਵਰਕਰ ਇਕੱਠੇ ਹੋ ਕੇ ਪੱਕੇ ਕਾਂਗਰਸੀ ਕੁਛ ਕੋਸ਼ਿਸ਼ ਕਰ ਲੈਣ, ਲੋਕਾਂ ਦਾ ਸਮਰਥਨ ਨਹੀਂ ਮਿਲਣਾ ਇਹੋ ਜਿਹੀ ਗੱਲ।
ਅਕਾਲੀ ਦਲ ਨੂੰ ਦੁਬਾਰਾ ਉਹਨਾਂ ਨੇ ਭੇਟਾ ਮੌਜਾਂ ਨੇ 10 ਸਾਲ ਅਕਾਲੀ ਦਲ ਨਾਲ ਹੰਡਾ ਲਏ ਸਾਡੇ ਨਾਲ, ਠੀਕ ਹੈ, ਹੁਣ 5 ਸਾਲ ਉੱਧਰ ਹੰਡਾ ਲਏ। ਇਹ ਤਾਂ ਮੌਕੇ ਪ੍ਰਸਤੀ ਵਾਲਿਆਂ ਨੂੰ ਤਾਂ ਮੌਜਾਂ ਲੱਗੀਆਂ ਹੋਈਆਂ ਨੇ। ਦੇਖੋ ਇੱਕ ਮੈਂ ਤੁਹਾਨੂੰ ਬੇਨਤੀ ਕਰਾਂ, ਮੌਕਾ ਪ੍ਰਸਤੀ ਦੀ ਤਾਂ ਕਮਾਲ ਹੋ ਗਈ। ਅੱਜ ਤਾਂ ਇਹਨੂੰ ਭਾਪਾ ਕਹਿੰਦਾ ਸੀ ਕਪਤਾਨ ਸਾਹਿਬ ਨੂੰ, ਤੁਸੀਂ ਸ਼ਾਇਦ ਉਹ ਵੀਡੀਓ ਵੇਖੀ ਨਹੀਂ, ਇੱਕ ਵੀਡੀਓ ਪੁਰਾਣੀ ਜੀ ਅੰਗਰੇਜ਼ੀ 'ਚ ਕਹਿੰਦਾ ਫਾਦਰ ਇਜ਼ ਅ ਫਾਦਰ, ਸਨ ਇਜ਼ ਅ ਸਨ। ਹੁਣ ਉਹ ਭਾਪੇ ਨੂੰ ਭੁੱਲੀ ਫਿਰਦਾ। ਇਸ ਲਈ ਭਰਾਵਾ ਇਹ ਜੇ ਕੀ ਕਹਿੰਦੇ ਆ, ਨਾਚੇ ਜੇ ਆ, ਇੱਕ ਮੈਂ ਤਾਂ ਵਧਾਈ ਦੇਣਾ ਚਾਹੁੰਦਾ ਵੈਸੇ ਕਾਂਗਰਸ ਨੂੰ ਕਿ ਤੁਹਾਡੀ ਪਾਰਟੀ 'ਚ ਇਹ ਜਿਹਾ ਹੋ ਸਕਦਾ ਜਿਹੜਾ ਰਾਹੁਲ ਗਾਂਧੀ ਨੂੰ ਪੱਪੂ ਕਵੇ, ਸੋਨੀਆ ਨੂੰ ਮੁੰਨੀ ਕਵੇ, ਕਾਂਗਰਸ ਨੂੰ ਸ਼ੀਲਾ ਨਾਲੋਂ ਵੱਧ ਬਦਨਾਮ ਕਰੇ, ਕਵੇ ਅੱਜ ਉਹ ਤੁਹਾਡਾ ਨਵਜੋਤ ਇਨਸਾ ਪ੍ਰਧਾਨ ਬਣ ਗਿਆ। ਚਲੋ ਤੁਹਾਡੀ ਇੰਨੀ ਸਮਝ ਹੈ, ਤੁਹਾਡੀ ਇਹ ਸੋਚ ਹੈ, ਤੁਹਾਨੂੰ ਵਧਾਈ ਆ ਕਿ ਇਹ ਜੇ ਡਰਾਮੇਬਾਜ਼। ਦੇਖੋ ਰਾਹੁਲ ਗਾਂਧੀ ਨੇ ਆਪ ਹੀ ਦੱਸਤਾ ਸੋਨੀਆ ਗਾਂਧੀ ਨੇ। ਇਸ ਲਈ ਭਰਾਵਾ ਉਹ ਤਾਂ ਆਪ ਸਮਝੀ ਬੈਠੇ ਆ ਕਿ ਹੁਣ ਸਿੱਧੀਆਂ ਗੱਲਾਂ ਨਾਲ ਤਾਂ ਕੁਛ ਇਹਦਾ ਲੋਕਾਂ ਨੇ ਵੋਟਾਂ ਨਹੀਂ ਪਾਉਣੀਆਂ, ਇਹੋ ਜਿਹੀਆਂ ਠੁੱਕ ਤਾਲੀ ਕਰਾਂਗੇ ਤੇ ਸ਼ਾਇਦ ਕੁਝ ਬਣ ਜੂ, ਨਹੀਂ ਤਾਂ ਲੋਕਾਂ ਨੇ ਤਾਂ ਮੂੰਹ ਲਾਉਣਾ। ਜਿਹੜਾ ਐਪੀਸੋਡ ਅੱਜ ਦੇ ਦਿਨ ਦੇਖ ਕੇ ਆਪਾਂ ਚਾਰ ਦਿਨ ਪਿਛਲਾ ਐਪੀਸੋਡ ਦੇਖੀਏ ਅੰਮ੍ਰਿਤਸਰ ਦੇ ਵਿੱਚ ਵੀ ਆ, ਲੋਕਾਂ ਦੀ ਲੜਾਈ ਨਹੀਂ ਆ, ਲੋਕ ਮੁੱਦੇ ਛਿੱਕੇ ਤੇ ਢੰਗ ਤੇ ਆ, ਕੋਈ ਪ੍ਰਧਾਨ ਬਣੇ ਕੋਈ ਲੱਥੇ, ਕੋਈ ਮੁੱਖ ਮੰਤਰੀ ਬਣੇ ਕੋਈ ਲੱਥੇ, ਕੋਈ ਵਜ਼ੀਰ ਬਣੇ ਕੋਈ ਲੱਥੇ, ਉਹਦੇ ਨਾਲ ਤੁਹਾਡੇ ਨਿਆਣਿਆਂ ਨੂੰ ਨੌਕਰੀ ਮਿਲ ਗਈ, ਉਹਦੇ ਨਾਲ ਤੁਹਾਡੇ ਕਰਜ਼ੇ ਮਾਫ ਹੋ ਗਏ, ਉਹਦੇ ਨਾਲ ਕੱਚੇ ਮੁਲਾਜ਼ਮ ਪੱਕੇ ਹੋ ਗਏ, ਉਹਦੇ ਨਾਲ ਟੀਚਰਾਂ ਦੀ ਨੌਕਰੀ ਪੱਕੀ ਹੋ ਗਈ, ਬੇਰੁਜ਼ਗਾਰੀ ਭੱਤਾ ਮਿਲ ਗਿਆ, ਬਿਜਲੀ ਦੇ ਬਿੱਲ ਘੱਟ ਗਏ। ਕਿ ਇਹਦੇ ਪ੍ਰਧਾਨ ਬਣੇ ਨਾਲ ਤੁਸੀਂ ਬਿਜਲੀ ਦੇ ਬਿੱਲ ਹੁਣ ਤੁਹਾਨੂੰ ਮਾਫ ਹੋ ਜਾਣੇ? ਡਾਕਟਰ ਮਨਮੋਹਨ ਸਿੰਘ, ਸੋਨੀਆ ਗਾਂਧੀ, ਰਾਹੁਲ ਗਾਂਧੀ ਦੀ ਕੈਪਟਨ ਦੀ ਫੋਟੋ ਸਾਹਮਣੇ ਲੱਗੀ, ਉਹ ਤਾਂ ਸਾਰੇ ਕਾਂਗਰਸ 'ਚ ਹੀ ਨੇ, ਕਿ ਉਹ ਵੀ ਬਾਹਰ ਚਲੇ ਗਏ? ਇਸ ਲਈ ਮੁੱਦੇ ਤਾਂ ਭਾਈ ਉੱਥੋਂ ਦੇ ਉੱਥੇ ਖਲੋਤੇ, ਵਜ਼ੀਰ ਉੱਥੋਂ ਦੇ ਉੱਥੇ ਖਲੋਤੇ ਜਿਨ੍ਹਾਂ ਨੇ 4.5 ਸਾਲ ਮਲਾਈ ਖਾਧੀ ਹੈ। ਰਾਮ ਰਹੀਮ ਅਤੇ ਰਾਧੇ ਮਾਂ ਦੇ ਆਸ਼ੀਰਵਾਦ ਲੈਂਦੇ ਵੇਖਿਆ, ਹੁਣ ਤੋਂ ਤਾਂ ਉਹ ਦੱਸਣ ਕਿ ਜਿੱਦਾਂ ਆਸ਼ੀਰਵਾਦ ਲੈਂਦਾ। ਬਾਕੀ ਸਿਆਣਾ ਜ਼ਰੂਰ ਹੈ, ਹਵਾ ਦੇ ਨਾਲ ਚੱਲਣ ਵਾਲਾ ਬੰਦਾ, ਮਗਰ ਐਤਕੀ ਮੈਨੂੰ ਲੱਗਦਾ ਗਲਤੀ ਖਾ ਜੂਗਾ। ਮੌਕਾ ਪ੍ਰਸਤੀ ਬੜੀ ਰੱਖੀ ਆ ਉਹਨੇ, ਸਾਡੇ ਨਾਲ ਰਿਹਾ ਸੀ, ਅਸੀਂ ਬੜੇ ਵਧੀਆ ਸੀ। ਦੇਖੋ 4 ਤੋਂ 17, 16 ਅਖੀਰ ਤੱਕ ਸਾਡੇ ਨਾਲ, ਹੁਣ 17 'ਚ ਬਾਪ ਬਣਾਇਆ ਕਪਤਾਨ, ਅੱਜ ਨਹੀਂ ਰਿਹਾ ਨਾ। ਮੈਂ ਵਿਧਾਨ ਸਭਾ 'ਚ ਕਿਹਾ ਹੋਇਆ ਪਹਿਲੇ ਮਹੀਨੇ 'ਚ ਕਿ ਇਹਦੀ ਜਿਵੇਂ ਦਵਾਈ ਦੀ ਲਿਖੀ ਹੁੰਦੀ ਨਾ ਪਿੱਛੇ, ਮੈਂ ਕਿਹਾ ਇਹਦਾ ਵੀ ਉਹ ਹਾਲ ਹੈ, ਮੈਂ ਕਿਹਾ ਸਾਂਭ ਕੇ ਰੱਖਿਓ। ਔਰ ਮੈਂ ਇੱਕ ਲਾਸਟ ਗੱਲ ਕਹਿ ਕੇ ਸਮਾਪਤੀ ਕਰਦਿਆਂ ਜੀ, ਅੱਜ ਮੈਂ ਉਸ ਜਾਖੜ ਦੇ ਉਸ ਸਟੇਟਮੈਂਟ ਨੂੰ ਕੰਡੈਮ ਕਰਦਾ ਹਾਂ, ਕਿਸ ਤਰੀਕੇ ਨਾਲ ਪੋਲੀਟਿਕਸ ਹੋ ਰਹੀ ਆ, ਰਾਜਨੀਤੀ ਹੋ ਰਹੀ ਆ। ਅੱਜ ਦੂਜੀ ਵਾਰੀ ਜਾਖੜ ਸਾਹਿਬ ਨੇ ਉਸ ਗੱਲ ਨੂੰ ਦੱਸਿਆ। ਪਹਿਲਾਂ ਇਹਨਾਂ ਨੇ ਰਾਹੁਲ ਗਾਂਧੀ ਦੇ ਘਰੋਂ ਬਾਹਰ ਨਿਕਲ ਕੇ, ਜਦੋਂ ਇਹ MLA ਦੀ ਮੀਟਿੰਗ 'ਚ ਜਾਂਦੇ ਸੀ, ਇਹ ਗੱਲ ਬਾਹਰ ਨਿਕਲ ਕੇ ਕਿ ਜੀ ਰਾਹੁਲ ਗਾਂਧੀ ਸਮਝ ਗਏ ਆ ਗੱਲ, ਔਰ ਬਾਦਲਸ ਨੂੰ ਕਿਵੇਂ ਫਰੇਮ ਕਰਨਾ ਹੈ ਉਹ ਸਾਰੀ ਗੱਲ ਸਮਝ ਗਿਆ ਉਹਨਾਂ ਨੇ ਕਰ ਦੇਣਾ। ਔਰ ਅੱਜ ਵੇਖੋ ਤੁਹਾਡੇ ਲਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਸਿਆਸਤ ਜਾਂ ਤਾਕਤ ਜਾਂ ਸਰਕਾਰ ਬਣਾਉਣ ਲਈ ਇੱਕ ਜ਼ਰੀਆ ਤੁਸੀਂ ਬਣਾ ਲਿਆ। ਕਹਿੰਦੇ ਜੀ ਦਿੱਲੀ ਦਾ ਰਸਤਾ, ਰਾਹੁਲ ਗਾਂਧੀ ਪ੍ਰਿਯੰਕਾ ਨੂੰ ਕਹਿੰਦੇ ਦਿੱਲੀ ਦਾ ਰਸਤਾ ਪੰਜਾਬ 'ਚੋਂ ਹੋ ਕੇ ਜਾਂਦਾ, ਔਰ ਕਹਿੰਦੇ ਪੰਜਾਬ ਦੀ ਸਿਆਸਤ ਦਾ ਜਿਹੜਾ ਤਖ਼ਤ ਦਾ ਰਸਤਾ ਬਰਗਾੜੀ ਅਤੇ ਕੋਟਕਪੂਰੇ ਤੋਂ ਹੋ ਕੇ ਜਾਂਦਾ। ਇਹ ਤੋਂ ਕੀ ਸਪਸ਼ਟ ਹੋ ਗਿਆ ਕਿ ਜੋ ਲੋਕ ਕਹਿੰਦੇ ਸੀ ਕਿ ਇਹਨਾਂ ਨੂੰ ਸਿਵਾਏ ਅਤੇ ਸਿਵਾਏ ਸ਼੍ਰੀ ਗੁਰੂ ਗ੍ਰੰਥ ਸਾਹਿਬ 'ਤੇ, ਔਰ ਉਸ ਵੇਲੇ ਦੀਆਂ ਦੁਖਦਾਈ ਘਟਨਾਵਾਂ 'ਤੇ ਪੋਲੀਟਿਕਸ ਕਰਨ ਤੋਂ ਸਿਵਾਏ ਸਿਆਸਤ ਹਤਨੋਂ ਆਪਣਾ ਤਾਕਤ ਹਤਨੋਂ ਲੈਣ ਤੋਂ ਸਿਵਾਏ ਹੋਰ ਕੋਈ ਕੰਮ ਨਹੀਂ ਰਹੇ।